ਮੇਰਾ ਇਹ ਮੰਨਣਾ ਜੀ ਕਿ ਨਵਜੋਤ ਸਿੰਘ ਸਿੱਧੂ ਦੀ ਤੇ ਇਮਰਾਨ ਖਾਨ ਦੀ ਬੋਲਬਾਨੀ ਰਲਦੀ ਹੈ। ਜਨਰਲ ਬਾਜਵਾ ਦੀ ਜਿਹੜਾ ਪਾਕਿਸਤਾਨ ਦਾ ਜਨਰਲ ਹੈ ਆਰਮੀ ਦਾ, ਜਿਹਨੇ ਏਡੀ ਵੱਡੀ ਗਿਣਤੀ 'ਚ ਸਾਡੇ ਬਹਾਦਰ ਵੀਰਾਂ ਨੂੰ ਦਹਿਸ਼ਤਗਰਦਾਂ ਦੇ ਹੱਥ 'ਚੋਂ ਸ਼ਹੀਦ ਕਰਾਇਆ, ਉਹਨਾਂ ਨਾਲ ਇਹਦੀ ਬੋਲੀ ਰਲਦੀ ਹੈ। ਇਮਰਾਨ ਖਾਨ ਨੂੰ ਤਾਂ ਕਹਿੰਦਾ ਮੇਰਾ ਯਾਰ ਦਿਲਦਾਰ, ਕੈਪਟਨ ਅਮਰਿੰਦਰ ਸਿੰਘ ਬਾਰੇ ਤਾਂ ਮੈਂ ਸੁਣਿਆ ਨਹੀਂ। ਸਾਰਾ ਹਿੰਦੁਸਤਾਨ ਇੱਕ ਪਾਸੇ ਇਸ ਗੱਲ 'ਤੇ, ਇੱਕ ਬੰਦਾ ਦੂਜੇ ਪਾਸੇ। ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵਿੰਗ ਕਮਾਂਡਰ ਅਭਿਨੰਦਨ ਸਾਹਿਬ ਵਰਗਿਆਂ ਦੀ ਹਿੰਮਤ ਦਾ, ਇਸ ਦੇਸ਼ ਦੀ ਧਰਤੀ ਦੇ ਪਿਆਰ ਦਾ ਕੋਝਾ ਮਜ਼ਾਕ ਇਸ ਤਰੀਕੇ ਨਾਲ ਉਠਾਉਣ, 48 ਸਾਲਾਂ ਬਾਅਦ ਕਦੇ ਸਾਡੇ ਲੜਾਕੂ ਵਿਮਾਨ ਇਸ ਦੇਸ਼ 'ਚ ਸ਼ਾਂਤੀ ਵਾਸਤੇ, ਇਹ ਦੇਸ਼ ਦੀ ਆਜ਼ਾਦੀ ਬਰਕਰਾਰ ਰਵੇ, ਡੈਮੋਕ੍ਰੇਸੀ ਬਰਕਰਾਰ ਰਵੇ, ਭਾਈਚਾਰਕ ਸਾਂਝ ਬਰਕਰਾਰ ਰਵੇ, ਪਾਕਿਸਤਾਨ 'ਚ ਜਾ ਕੇ ਦਹਿਸ਼ਤਗਰਦਾਂ ਨੂੰ ਜਾ ਕੇ ਬੰਬ ਸਿੱਟ ਕੇ ਆਏ, ਅਤੇ ਕੋਈ ਲੀਡਰ ਮੰਤਰੀ ਇਹ ਕਵੇ ਕਿ ਜੀ ਇਹ ਟੈਰਰਿਸਟਾਂ 'ਤੇ ਬੰਬ ਸਿੱਟ ਕੇ ਆਏ ਕਿ ਦਰਖਤਾਂ 'ਤੇ ਸਿੱਟ ਕੇ ਆਏ। ਅਗਲੀ ਵਾਰੀ ਇਹਨੂੰ ਬੰਨ ਕੇ ਹੀ ਲੈ ਜਾਣ ਜਹਾਜ਼ ਦੇ ਅੱਗੇ, ਇਹ ਵੇਖ ਲੂਗਾ, ਨਾਲੇ ਲੱਗ ਜੂ ਪਤਾ ਬਚ ਕੇ ਆ ਗਿਆ, ਤੇ ਜੀ ਇਹਨੂੰ ਕਰ ਦਿਆਂਗੇ, ਨਹੀਂ ਤਾਂ ਯਾਰ ਦਿਲਦਾਰ ਕੋਲ ਰਹਿ ਜੂ। ਸਾਰੇ ਕੱਲ੍ਹ ਰਾਹੁਲ ਗਾਂਧੀ ਆ ਰਹੇ, ਇਸ ਲਈ ਇਹਨਾਂ ਨੇ ਯੂਥ ਦੀ ਰੈਲੀ ਰੱਖੀ, ਉਹਦੇ ਬਾਰੇ ਵੀ ਕਹੋ। ਨਹੀਂ, ਰਾਹੁਲ ਗਾਂਧੀ ਨੂੰ ਤਾਂ ਕਾਂਗਰਸ ਨਹੀਂ ਫੇਲ ਕਰਤਾ ਜੀ, ਉਹ ਤਾਂ ਪ੍ਰਿਅੰਕਾ ਗਾਂਧੀ ਨੂੰ ਲੈ ਆਇਆ। ਆਪ ਸਮਝਦੇ ਕਿ ਰਾਹੁਲ ਗਾਂਧੀ ਤਾਂ ਹੁਣ ਫੇਲ ਆ, ਸਿੱਧੂ ਦੇ ਕਹਿਣ ਵਾਂਗੂ ਪੱਪੂ ਆ, ਅਤੇ ਮੇਰੇ ਵੱਲੋਂ ਕੀ ਕੋਣਾ, ਉਹ ਇੱਧਰ ਆਵੇ ਜਾਂ ਜਿੱਧਰ ਮਰਜ਼ੀ ਜਾਵੇ, ਵੈਸੇ ਜਿੱਥੇ ਜਿੱਥੇ ਚਲੇ ਜਾਂਦਾ ਕਾਂਗਰਸ ਦਾ ਭੋਗ ਪਾ ਦਿੰਦਾ। ਦੇਖੋ, ਮੈਨੂੰ ਇਹ ਕਾਂਗਰਸ ਦੀ ਸਾਰੀ ਇੱਕ ਸ਼ਰਾਰਤ ਹੈ। 2 ਸਾਲਾਂ 'ਚ 4,000 ਕਰੋੜ ਡਿਊ ਹੈ ਮੁਲਾਜ਼ਮਾਂ ਦਾ, ਉਹਨਾਂ ਦਾ DA ਨਹੀਂ ਮਿਲ ਰਿਹਾ, ਉਹਨਾਂ ਦਾ GPF ਨਹੀਂ ਮਿਲ ਰਿਹਾ, ਸਿਰਫ ਤੇ ਸਿਰਫ ਜਹਾਫਤਾ 2-4 ਦਿਨਾਂ 'ਚ ਲੱਗ ਜਾਣਾ। ਇਹ ਕਾਗਜ਼ੀ ਕਾਰਵਾਈ ਕੀਤੀ ਹੈ, ਟੀਚਰਾਂ ਦੀਆਂ ਤਨਖਾਹਾਂ ਕੱਟ ਘਟਾਤੀਆਂ, ਮੁਲਾਜ਼ਮਾਂ ਨੂੰ ਡਾਂਗਾ ਪੈ ਰਹੀਆਂ, ਜਿਹੜੀਆਂ ਨਰਸਾਂ ਨਾਲ ਵਹਿਦੇ ਹੋਏ ਸਨ, ਚੋਣ ਮੈਨੀਫੈਸਟੋ 'ਚ ਵਹਿਦੇ ਹੋਏ ਸਨ ਕਿ ਤੁਹਾਨੂੰ ਪੱਕਾ ਕਰਾਂਗੇ, ਕੇਵਲ ਅਤੇ ਕੇਵਲ ਆਪਦੀ MP ਇਲੈਕਸ਼ਨ ਟਪਾਉਣ ਲਈ ਇਹਨਾਂ ਨੇ ਇਹ ਸ਼ਡਿਅੰਤਰ ਰਚਿਆ। ਨਾ ਕੋਈ ਪੱਕੇ ਕਰਨ ਦੀ ਗੱਲ ਹੈ, ਨਾ ਇਹਨਾਂ ਨੇ ਕਰਨੇ ਆ, ਨਾ ਇਹਨਾਂ ਦੇ ਖਜ਼ਾਨੇ 'ਚ ਪੈਸੇ ਆ। ਮੌਜੂਦਾ ਨੂੰ ਤਾਂ ਤਨਖਾਹਾਂ ਦੇ ਨਹੀਂ ਰਹੇ, DA ਦੇ ਨਹੀਂ ਰਹੇ, ਅਤੇ ਨਵਿਆਂ ਨੂੰ ਕਿੱਥੋਂ ਕੁਛ ਕਰ ਦੇਣਾ। ਤਨਖਾਹ ਤਾਂ ਟੀਚਰਾਂ ਦੀ ਘਟਾਤੀ ਆ, 45,000 ਤੋਂ 10,000 ਕਰਤੀ। ਮੇਰਾ ਵੀਰ ਕਿਹੜਾ ਨਹੀਂ ਰੋਕੀ ਬੈਠਿਆ, ਹਾਲਾਤ ਇਹ ਬਣ ਗਏ ਆ, ਨੌਜਵਾਨ ਨੂੰ ਘਰ ਘਰ ਨੌਕਰੀ ਮਿਲੀ, ਹਰ ਮੰਤਰੀ ਨੇ ਆਪਦਾ ਬਿਆਨ ਦਿੱਤਾ, ਨੌਕਰੀ ਇੱਕ ਨਹੀਂ ਦਿੱਤੀ, ਇੱਕ ਨੇ ਕਹਿਤਾ 6 ਲੱਖ ਦੇ ਦਿੱਤੀ, ਦੂਜੇ ਨੇ ਕਹਿਤਾ 4 ਲੱਖ ਦੇ ਦਿੱਤੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੱਚਾ ਕੀ। ਨਾ ਨੌਕਰੀ ਮਿਲੀ, ਨਾ ਕਿਸੇ, 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ, ਹਰ ਵਰਗ ਨੂੰ ਝੂਠ ਮਾਰਿਆ ਗਿਆ। ਅੱਜ ਬੱਤੀ ਦੇ ਬਿੱਲ ਹਾਈਐਸਟ ਇਲੈਕਟ੍ਰਿਸਿਟੀ ਰੇਟ ਨਾਰਦਰਨ ਇੰਡੀਆ 'ਚ ਕੀ ਸਾਰੀ ਇੰਡੀਆ 'ਚ ਪੰਜਾਬ ਦੇ ਆ, ਲੋਕਾਂ 'ਤੇ ਬੋਝ ਪਾਇਆ ਜਾ ਰਿਹਾ, ਇਨਡਾਇਰੈਕਟ ਟੈਕਸਿਸ ਲਏ ਜਾ ਰਹੇ ਲੋਕਾਂ 'ਤੇ, ਹਰ ਤਰੀਕੇ ਦਾ ਇਨਡਾਇਰੈਕਟ ਟੈਕਸ ਲਾ ਕੇ ਲੋਕਾਂ ਤੋਂ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ। ਹਾਂਜੀ, ਤੂੰ ਕਿਹੜੇ ਅਖਬਾਰ ਦੇ ਜੀ, ਤੁਸੀਂ ਕਿਹੜੇ ਅਖਬਾਰ ਨਾਲ ਸਮਝ, ਤੁਸੀਂ ਦੈਨਿਕ ਜਾਗਰਣ ਬਾਰੇ ਕੁਛ ਕਹਿ ਸਕਦੇ ਹੋ, ਮੈਨੂੰ ਕੀ ਪਤਾ ਜੀ, ਜਿਹਨਾਂ 'ਚ ਤਾਂ ਸੁਖਬੀਰ ਜੀ ਨੂੰ ਪੁੱਛੋ ਨਾ ਜੀ। ਹਾਂਜੀ।
ਦੇਖੋ ਘੁਬਾਇਆ ਸਾਹਿਬ ਤਾਂ ਪਹਿਲਾਂ ਤੋਂ ਹੀ ਮੁੰਡੇ ਨੂੰ ਤਾਂ ਇਲੈਕਸ਼ਨ ਕਾਂਗਰਸ ਚੋਂ ਲੜਾ ਚੁੱਕੇ ਸੀ, ਮਗਰ ਇੱਕ ਗੱਲ ਸਪਸ਼ਟ ਹੋ ਗਈ, ਘੁਬਾਇਆ ਸਾਹਿਬ ਨੇ ਤੇ ਆ ਟਕਸਾਲੀਆ ਨੇ ਵੀ ਸਟੇਜ ਸਾਂਝੀ ਕੀਤੀ ਸੀ। ਮਤਲਬ ਕਿ ਜੋ ਅਸੀਂ ਬਾਰ ਬਾਰ ਕਹਿੰਦੇ ਹਾਂ ਗੱਲ ਕਿ ਆਪ ਨੂੰ ਵੀ ਕਾਂਗਰਸ ਚ ਲਾਉਂਦੀ ਆ, ਟਕਸਾਲੀਆ ਨੂੰ ਵੀ ਕਾਂਗਰਸ ਚ ਲਾਉਂਦੀ ਆ, ਤੇ ਘੁਬਾਇਆ ਸਾਹਿਬ ਤਾਂ ਚਲੀ ਗਏ ਜਿੱਥੇ ਉਹਨਾਂ ਦਾ ਮੁੰਡਾ ਸੀ, ਜਿੱਥੇ ਉਹਨਾਂ ਦਾ ਦਿਲ ਸੀ। ਮਗਰ ਮੇਰਾ ਜ ਓਪਨ ਚੈਲੰਜ ਹੈ ਜਾਖੜ ਸਾਹਿਬ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਤੇ ਤੁਸੀਂ ਕਹਿੰਦੇ ਹੋ ਅਸੀਂ ਹਰ ਵਰਗ ਨੂੰ ਘਰ ਘਰ ਨੌਕਰੀ ਵੀ ਦੇਤੀ, ਕਿਸਾਨੀ ਕਰਜ਼ਾ ਵੀ ਮਾਫ ਕਰਤਾ, ਕਿ ਕਾਂਗਰਸ ਦੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਤੇ ਆਪਦਾ ਘਰ ਛੱਡ ਕੇ ਨਾ ਜਾਓ, ਫਿਰੋਜ਼ਪੁਰ ਤੋਂ ਚੋਣ ਲੜੋ, ਲੋਕ ਦੱਸ ਦੇਣਗੇ ਕਿ ਉਹ ਤੁਹਾਡੇ ਨਾਲ, ਕਿਸਾਨ ਖੁਸ਼ ਨੇ, ਦਲਿਤ ਭਰਾ ਖੁਸ਼ ਨੇ, ਵਪਾਰੀ ਖੁਸ਼ ਨੇ, ਨੌਜਵਾਨ ਖੁਸ਼ ਨੇ ਕਿ ਨਹੀਂ ਖੁਸ਼ ਹੈ, ਸਾਹਮਣੇ ਆਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ।